السلام علیکم دوستو ਤੁਸੀਂ ਦੇਖ ਰਹੇ ਹੋ انمول پنجاب ٹی وی ਤੇ ਮੈਂ ਤੁਹਾਡਾ ਮੇਜ਼ਬਾਨ محمد فیصل ਜੋਈਆ دوستو ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਕਿ ਸਾਡੀ ਲੇਟੈਸਟ اور ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ دوستو ਅੱਜ ਸਿਰਮੋਲ ਚੈਨਲ ਤੇ ਆਪਣੇ ਵੀਰਾਂ ਲਈ ਇੱਕ ਗਾਂ ਦੀ ਵੀਡੀਓ ਲੈ ਕੇ ਆਇਆ ਚੋਲਸਤਾਨੀ ਤੇ ਫਰੀਜ਼ਨ ਦਾ ਕਰਾਸ ਹੈ ਦੂਸਰਾ ਸਵੇਰ ਸੁਈਏ ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ ਇਹ ਸਾਡੀ ਆਪਣੇ ਵੀਰਾਂ ਨੂੰ ਖਸੂਸੀ ਰਿਕਵੈਸਟ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਜਾਨਵਰ ਅਨਮੋਲ ਹੀਰਾ ਔਰ ਦੁੱਧ ਦੀ ਨਹਿਰ ਪਹਿਲੇ ਸਵੇ ਤੀ ਤੋ 32 ਲੀਟਰ ਦੁੱਧ ਵੇੜ ਕਰਦੀ ਰਹੀ ਹੈ ਹੁਣ ਦੂਸਰਾ ਸੂਹਾ ਸੂਈਏ ਬੱਚੀ ਦਿੱਤੀ ਗਾਂ ਨੇ ਜੇਰ ਹਾਲੇ ਤੱਕ ਨਹੀਂ ਪਾਈ ਕੈਮਰਾਮੈਨ ਸਾਫ ਕਰਾਨ ਕੀ ਤਸੱਲੀਆਂ ਉਸ ਤੋਂ ਬਾਅਦ ਸਾਰੀ ਗੱਲਬਾਤ ਕਰਨੇ ਆ ਮਾਲਕਾਂ ਦੇ ਨਾਲ ਮਾਸ਼ਾਅੱਲਾ ਬੜਾ ਖੂਬਸੂਰਤ ਜਾਨਵਰ ਮੱਥੇ ਜਨਾ ਕਦ ਵੇੜਦਾ ਵਲੈਦ ਜਿੰਨੀ ਲੰਮੀ ਹੈਗੀ ਏ ਦੂਸਰਾ ਸੁਆਸੂਈਏ نسل ਜ਼ਾਤ ਬੜੀ ਅੱਛੀ ਰੰਗ ਬੜਾ ਚੰਗਾ ਵੈਣ ਨੂੰ ਸਿਆਹ ਕਾਲਾ ਥਣ ਲੱਗਿਆ ਰੁਗ ਰੁਗ ਦਾ ਥੱਬਿਆਂ ਦੇ ਹਵਾਨੇ ਮਾਸ਼ਾਅੱਲਾ ਪੰਡਾ ਬੰਨੀ ਫਿਰਦੀ ਹਵਾਨਿਆਂ ਵਾਲੀਆਂ ਪਿੱਛੇ ਵੱੱਛੀ ਹੈਗੀ ਏ ਬਿਲਕੁਲ ਤਾਜ਼ਾ ਸੁਈਏ ਗਾਂ ਕੈਮਰੇ ਦੀ ਨਜ਼ਰ ਏ ਵੀਰਾਂ ਦੇ ਸਾਹਮਣੇ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਸਾਡੀ ਆਪਣੇ ਵੀਰਾਂ ਨੂੰ ਖਸੂਸੀ ਰਿਕਵੈਸਟ ਹੈ ਕਿਉਂਕਿ ਇੰਜ ਦੇ ਅਨਮੋਲ ਹੀਰੇ ਇੰਜ ਦੇ ਤੋਹਫੇ ਡੇਲੀ ਨਹੀਂ ਮਿਲਦੇ ਹਜ਼ਾਰਾਂ ਦੇ ਵਿੱਚ ਕੋਈ ਚੰਦ ਜਾਨਵਰ ਇਸ ਤਰ੍ਹਾਂ ਦੇ ਆਂਦੇ ਨੇ ਅੱਜ ਵੀ ਜਨਾਬ ਇਹ ਅਨਮੋਲ ਹੀਰਾ ਅਨਮੋਲ ਚੈਨਲ ਦੀ زینت ਬਣਿਆ ਹੈ ਜਾਨਵਰ ਕੈਮਰੇ ਦੀ ਨਜ਼ਰ ਹੈ ਵੀਰਾਂ ਦੇ ਸਾਹਮਣੇ ਮੇਰਾ ਕੈਮਰਾਮੈਨ ਤਸੱਲੀਆਂ ਕਰਵਾ ਰਿਹਾ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਜਾਨਵਰ 8 ਤੋਂ 10 ਫੁੱਟ ਲੰਮੀ ਹੈ ਵੈੜ اور 마ਸ਼ਾਅੱਲਾ ਜਿੰਨਾ ਵजूद ਹੈ ਉਸ ਤੋਂ ਜ਼ਿਆਦਾ ਹਵਾਨਾ ਵੈੜ ਦੇ ਕੋਲੇ ਸਿਰ ਤੋਂ ਕੋਨੀ ਹੈਗੀ ਏ 30 ਪਲੱਸ ਜਨਾਬ ਪਹਿਲਾ ਸਵੇ ਕਰਦੀ ਰਹੀ ਏ ਹੁਣੇ ਦੂਸਰਾ ਸੂਆ ਸੂਈਏ ਬਿਲਕੁਲ ਤਾਜ਼ਾ ਸੂਈਏਗਾ ਜੇਰ ਹਾਲੇ ਤੱਕ ਨਹੀਂ ਪਾਈ ਮਾਸ਼ਾਅੱਲਾ ਹਵਾਨਾ ਲੈ ਕੇ ਟੁਰਿਆ ਨਹੀਂ ਜਾ ਰਿਹਾ ਵੈਟ ਦੇ ਕੋਲੋ ਜਿਨ੍ਹਾਂ ਦੋਸਤਾਂ ਨੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੀ ਇੱਕ ਖਸੂਸੀ ਰਿਕਵੈਸਟ ਏ ਕਿ ਅਨਮੋਲ ਚੈਨਲ ਤੁਹਾਡਾ ਆਪਣਾ ਚੈਨਲ ਏ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕੈਮਰਾਮੈਨ ਸਾਹਿਬ ਤੁਸੀਂ ਜਾਨਵਰ ਦਿਖਾਓ ਤੇ ਮੈਂ ਗੱਲਬਾਤ ਕਰ ਲੈਣਾ ਮਾਲਕਾਂ ਦੇ ਨਾਲ ਭਾਈ ਜੀ ਆਜੋ ਓਰੇ ਛਾਵੇਂ ਆ ਜਾ ਯਾਰ ਆ ਜਾ ਆ ਜਾ ਯਾਰ ਸੰਦ ਨਾਲ ਕੁਛ ਨਹੀਂ ਸਲਾਮ ਅਲੈਕਮ ਜੀ ਜੀ ਵਾਅਲੈਕਮ ਸਲਾਮ ਭਾਈ ਜਨ ਕੀ ਹਾਲ ਨੇ ਠੀਕ ਠਾਕ ਜੀ ਸ਼ੁਕਰਾਨਾ ਕੀ ਨਾਮ ਹੈ ਭਰਾ ਦਾ ਫਲਕ ਸ਼ੇਰ ਜੀ ਫਲਕ ਸ਼ੇਰ ਭਾਈ ਫਲਕ ਸ਼ੇਰ ਜਿਹੜੀ ਗਾਂ ਕੈਮਰਾਮੈਨ ਦਿਖਾ ਰਿਹਾ ਹੈ ਕਿੰਵਾਂ ਸੁਆਸ ਸੁਈ ਹੈ ਤੇ ਕਿੰਨੀ ਦੇਰ ਹੋ ਗਈ ਸੁਸਰਾ ਸੁਆਸ ਹੋਈ ਹੈ ਜੀ ਪਹਿਲਾਂ ਉਹ ਦਿੱਤੀ 32 ਲੀਟਰ ਦੁੱਧ ਕਰਦੀ ਰਹੀ ਹੈ ਉਹ 30 ਲੀਟਰ ਦੁੱਧ ਕਰੇਗੀ ਘਰ ਦੀ ਘਾਂ ਜੀ ਘਰ ਦੀ ਵੜੇ ਪਹਿਲੇ ਸੂਏ 30 ਤੋਂ 32 ਲੀਟਰ ਕਰਦੀ ਰਹੀਏ ਇਹ 40 ਨਾ ਕਰੇ 32 ਨਾ ਕਰੇ 30 ਕਿਲੋ ਤੁਸੀਂ ਸਾਨੂੰ ਚਵਾ ਸਕਦੇ ਹੋ ਬਿਲਕੁਲ ਜੀ ਕਿੰਨੇ ਦਿਨਾਂ ਬਾਅਦ ਚਵਾ ਸਕਦੇ ਹੋ 8 ਦਿਨਾਂ ਬਾਅਦ 8 ਦਿਨ ਬਾਅਦ 30 ਕਿਲੋ ਚਵਾ ਸਕਦੇ ਹੋ ਬਿਲਕੁਲ 40 ਕਿਲੋ ਕਿ 30 ਕਿਉਂ ਚਵਾਓ 40 ਤੁਸੀਂ 40 ਕਹਿ ਰਹੇ ਹੋ ਚਲੋ ਗੱਲ ਤੁਹਾਡੀ ਮੰਨ ਲੈਣੇ ਆ ਲੇਕਿਨ ਤੁਸੀਂ ਸਾਨੂੰ 30 ਹੀ ਚਵਾ ਦਿਓ ਜਿਹੜਾ ਪਹਿਲੇ ਸੂਏ ਕਰਦੀ ਸੀ ਬਿਲਕੁਲ ਚਵਾ ਹੁਣ ਕਿੰਨੀ ਦੇਰ ਹੋ ਗਈ ਗਾਂ ਸੂਈ ਨੂੰ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ 2 ਘੰਟੇ 2 ਠੀਕ ਹੋ ਗਿਆ ਜੀ ਬਾਕੀ ਭਾਈ ਫਲਕਸ਼ੇਰੇ ਦੇ ਥਣਾ ਚ ਕੋ ਵਾਦਾ ਕਾਟਾ ਛੱਟਾ ਫੁਆਰੇ ਆਪਣੀ ਗਾਰੰਟੀ ਆਪਣੀ ਗਾਰੰਟੀ ਹੋ ਗਈ ਬਿਲਕੁਲ ਕਿੰਨੇ ਪੈਸੇ ਨੇ ਦੇ ਮੁਹੱਬਤ ਪਿਆਰ ਵਾਲੇ ਜਿਹੜੇ ਆਪਾਂ ਲੈਣੇ ਨੇ 470000 470000 ਦੇ ਵਿੱਚੋਂ ਕੋ ਪ੍ਰਾ ਆਪਣੇ ਕੋਲ ਚੱਲ ਕੇ ਆਏ ਥੋੜੀ ਬਹੁਤੀ ਦੀਦ ਮੁਹੱਬਤ ਹੋ ਜਾਗੀ ਹੋ ਜਾਗੀ ਠੀਕ ਹੋ ਗਿਆ ਜਨਾਬ ਹੋ ਜਾ ਲੋ ਜੀ ਦੋਸਤੋ ਦੂਸਰਾ ਸੂਆ ਗਾਂ ਸੂਈਏ ਪਹਿਲੇ ਸੂਏ 30 ਤੋਂ 32 ਲੀਟਰ ਦੁੱਧ ਕਰਦੀ ਰਹੀਏ ਹੁਣ ਜਨਾਬ 2 ਘੰਟੇ ਹੋ ਗਏ ਗਾਂ ਸੂਈ ਨੂੰ ਜੇਰ ਹਾਲੇ ਤੱਕ ਗਾਂ ਨੇ ਨਹੀਂ ਪਾਈ ਚੋਲਸਤਾਨੀ ਤੇ ਫਰੀਜ਼ਨ ਦਾ ਕਰਾਸ ਹੈ ਪਿੱਛੇ ਬੱਛੀ ਹੈਗੀਏ ਬਿਲਕੁਲ ਤਾਜ਼ਾ ਗਾਂਸ ਹੋਈਏ ਹੁਣ ਮਾਲਕਾਂ ਦੇ ਬਕੌਲ ਜਨਾਬ ਜਿਹੜੀ ਮਾਲਕ ਗੱਲ ਕਰਦੇ ਨੇ ਕਿ 40 ਕਿਲੋ ਅਸੀਂ ਚਵਾ ਸਕਨੇ ਆ ਅਸੀਂ ਉਹਨਾਂ ਨੂੰ ਇਹ ਗੱਲ ਕੀਤੀ ਕਿ 40 ਨਹੀਂ 32 ਨਹੀਂ ਤੁਸੀਂ ਸਾਨੂੰ 30 ਲੀਟਰ ਚਵਾ ਦਿਓ 8 ਦਿਨ ਬਾਅਦ ਮਾਲਕ ਕਹਿੰਦੇ ਨੇ ਜਨਾਬ 30 ਲੀਟਰ ਦੋ ਤੁਸੀਂ ਟਾਈਮ ਤੋਂ ਟਾਈਮ ਚੋ ਸਕਦੇ ਹੋ 15 ਕਿਲੋ ਇਸ ਟਾਈਮ ਤੇ 15 ਕਿਲੋ ਇਸ ਟਾਈਮ ਲੇਕਿਨ ਫੇਰ ਵੀ ਉਹਨਾਂ ਦੀਏ ਗੱਲ ਲੇਕ ਜਨਾਬ ਅਸੀਂ 40 ਕਿਲੋ ਚਵਾ ਸਕਨੇ ਆ 4,70,000 ਰੁਪਿਆ ਇਸ ਗਾਂ ਦੀ ਡਿਮਾਂਡ ਕੀਤੀ ਏ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਖਸੂਸੀ ਪਿਆਰ ਮੁਹੱਬਤ ਕਰਵਾ ਸਕੀਏ ਅਗਰ ਕਿਸੇ ਦੋਸਤ ਕਿਸੇ ਵੀਰ ਨੇ ਇਹ ਗਾਂ ਖਰੀਦਣੀ ਹੈ ਸਾਡਾ ਰਾਪਤਾ ਨੰਬਰ 0311 6515 132 0311 6515 132 ਐਸੇ ਨੰਬਰ ਤੇ ਹੀ ਵਟਸਐਪ ਬਣੀ ਹੈ ਦੋਸਤੋ ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਜ਼ਿੰਦਗੀ ਰਹੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਫੈਸਲ ਜੋ ਜਾਂਦੇ ਹੋ اجازت الله حافظ